ਤੁਹਾਡੇ ਆਪਣੇ ਪੇ ਤੇ ਵਿਰੇਂਦਰ ਚੰਗਲੀ ਵੱਲੋਂ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਪਹੁੰਚੇ ਆਂ ਜੀ ਕਨੌਰ ਖੁਰਦ ਪਿੰਡ ਵਾਲੀਵਾਲ ਸ਼ੂਟਿੰਗ ਕੱਚੀ ਸੁਪਰ ਕੱਪ ਜਿੱਥੇ ਪਹਿਲਾ ਪ੍ਰਾਈਜ਼ 31000 ਦਿੱਤਾ ਜਾਣਾ ਜੀ ਸੈਕੰਡ ਪ੍ਰਾਈਜ਼ ਜਿਹੜਾ 21000 ਦਿੱਤਾ ਜਾਣਾ ਜੀ ਤੇ ਤੀਜਾ ਚੌਥਾ 5100 ਤੇ 3100 ਪ੍ਰਾਈਜ਼ ਹੋਣਾ ਜੀ ਬੈਸਟਾਂ ਦੇ ਲਈ ਨੁਕਰੇ ਘੋੜੇ ਹੋਣਗੇ ਦੋ ਜੀ ਇਹ ਆਪਣੇ ਸਹਿਯੋਗੀ ਸੱਜਣ ਨੇ ਜੀ ਐਨ ਆਰ ਆਈ ਭਰਾ ਆ ਆਪਣੀ ਪ੍ਰਬੰਧਕੀ ਕਮੇਟੀ ਆ ਗਈ ਜੀ ਸਾਰੀ ਨੁਕਰੇ ਘੋੜੇ ਹਨ ਓਕੇ ਰਿਪੋਰਟ ਹੋ ਜਾਣੀ ਆ ਘੋੜੇ ਵਾਲੀ ਗੱਲਬਾਤ ਬਹੁਤ ਸੋਹਣੇ ਘੋੜੇ ਆ ਦੇਖ ਕੇ ਰੂਹ ਖੁਸ਼ ਹੁੰਦੀ ਆ ਬਾਈ ਇਹ ਆਪਣੇ ਪ੍ਰਬੰਧਕੀ ਕਮੇਟੀ ਆ ਗਈ ਸਾਰੀ ਆ ਆ ਗਿਆ ਆਪਣੇ ਅੱਜ ਦੇ ਸਨਮਾਨਿਤ ਪਲੇਅਰ ਜੀ ਜਿਨ੍ਹਾਂ ਦੇ ਅੱਜ ਸਨਮਾਨ ਹੋਣੇ ਆ ਸੈਟਾਂ ਦੀ ਅਪਡੇਟ ਕਰਦਾ ਵੀਰੇ ਸੈਟ ਕਾਦੇ ਆ ਰੈਨ ਐਂਡ ਗੱਲਬਾਤ ਸੈਟ ਬਣੇ ਆ ਸੈਟਾਂ ਦੀ ਅਪਡੇਟ ਤੁਹਾਨੂੰ ਮੈਂ ਕਰਦਾ ਬਈਏ ਆਪਣੇ ਅੱਜ ਦੇ ਜਿਹੜੇ ਸਨਮਾਨਿਤ ਪਲੇਅਰ ਆ ਓਕੇ ਰਿਪੋਰਟ ਆ ਸਾਰੇ ਸਟਾਰ ਪਲੇਅਰ ਤਗਰੀ ਬਣਾ ਆਪਣੇ ਕੋਲੇ ਪਹੁੰਚਣਗੇ ਜੀ ਸਾਰੇ ਭਰਾਵਾਂ ਦਾ ਸਵਾਗਤ ਆਪਾਂ ਸੈਟ ਗਣਾਂ ਆਉਣ ਲੱਗਦੇ ਆਂ ਬਾਈ ਇਹ ਦੇਖੋ ਤੁਸੀਂ ਪ੍ਰਬੰਧਕੀ ਕਮੇਟੀ ਨੇ ਜਿਹੜੇ ਅੱਜ ਸਨਮਾਨਿਤ ਪਲੇਅਰ ਰੱਖਿਆ ਬਾਈ ਚਾਂਦੀ ਦੀਆਂ ਚੈਣਾ ਤੇ ਦੋ ਤਿੰਨ ਲੀੜੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੀ ਸੱਤੇ ਸ਼ਬਾਜਪੁਰੀ ਇਹਦਾ ਸਨਮਾਨ ਜੱਸੇ ਰੈਸਰ ਦਾ ਅਨਿਲ ਯੋਧਪੁਰੀਏ ਦਾ ਸ਼ੇਰੂ ਢਾਬਾਂ ਦਾ ਕਮਲ ਜੈਪੁਰ ਰਵੀ ਭਦਰਗੜ ਪਹਿਲਵਾਨ ਜੌਂਟੀ ਵੈਸੇ ਤੁਸੀਂ ਪੋਸਟਰ ਸਾਰਿਆਂ ਨੇ ਦੇਖ ਹੀ ਲਿਆ ਆਉਣਾ ਕੱਲੇ-ਕੱਲੇ ਦਾ ਆਪਾਂ ਕੀ ਦਾ ਨਾਮ ਲਈਏ ਹੁਣ ਆਪਾਂ ਸੈੱਟ ਗਿਣਾ ਦਈਏ ਜਿਆਦਾ ਲੰਬੀ ਨਾ ਕਰੀਏ ਵੀਡੀਓ ਨੂੰ ਬਾਈ ਇਹ ਸਾਰੇ ਆਪਣੇ ਕਮੈਂਟਰੀ ਵਾਲੇ ਜਿਹੜੇ ਲਾਈਵ ਵਾਲੇ ਉਹਨਾਂ ਦੇ ਵੀ ਸਨਮਾਨ ਆ ਜੀ ਚਾਂਦੀ ਦੀ ਚੈਨ ਨਾਲ ਨਾਲ 10-10 ਸਨਮਾਨ ਐ ਲੀੜੀ ਨਾਲ ਆ 100 ਦਾ ਸਨਮਾਨ ਐ ਲੀੜੀ ਨਾਲ ਬਾਕੀ ਚਾਂਦੀ ਦੀਆਂ ਚੈਨਾਂ ਵਾਲੇ ਆ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਆਪਣੀ ਗਰਲਾਲ ਦਾ ਵਾਸ਼ਿੰਗ ਮਸ਼ੀਨ ਹੈ ਗਰਲਾਲ ਜੈਮਲ ਸਿੰਘ ਵਾਲੇ ਦਾ ਵਾਸ਼ਿੰਗ ਮਸ਼ੀਨ ਨਾਲ ਲਓ ਜੀ ਜਿਹਦੇ ਕਰਕੇ ਅੱਜ ਆਪਾਂ ਇਹ ਟੂਰਨਾਮੈਂਟ ਖੇਚਦਾ ਕੇਂਦਰ ਬਣਿਆ ਘੋੜਾ ਦਿਖਾ ਦਈਏ ਤੁਹਾਨੂੰ ਆਪਾਂ ਬਾਈ ਘੋੜਾ ਵੀ ਆਪਣੇ ਕੋਲੇ ਗਰਾਊਂ ਨੁਕਰਾ ਘੋੜਾ ਇੱਕ ਮੈਨੂੰ ਕਮੈਂਟ ਬਹੁਤ ਆਉਂਦੇ ਨੇ ਵੀ ਨੁਕਰਾ ਕੀ ਹੁੰਦਾ ਬਾਈ ਨੁਕਰੇ ਘੋੜੇ ਦਾ ਮਤਲਬ ਹੁੰਦਾ ਜਿਹੜਾ ਪੂਰਾ ਚਿੱਟਾ ਹੋਵੇ ਘੋੜਾ ਉਹਨੂੰ ਨੁਕਰਾ ਕਹਿੰਦੇ ਨੇ ਬਾਈ ਕੋਈ ਨਸਲ ਨਹੀਂ ਹੁੰਦੀ ਕਹਿਣ ਦਾ ਮਤਲਬ ਜਿਹੜਾ ਪਿਓਰ ਚਿੱਟਾ ਗਾ ਘੋੜਾ ਉਹਨੂੰ ਨੁਕਰਾ ਘੋੜਾ ਕਹਿੰਦੇ ਨੇ ਲਓ ਜੀ ਬਹੁਤ ਸੋਹਣਾ ਘੋੜਾ ਬਾਈ ਓਕੇ ਰਿਪੋਰਟ ਬਹੁਤ ਹੀ ਸ਼ਾਨਦਾਰ ਘੋੜਾ ਬਾਈ ਇਹ ਸੂਟਰ ਵਾਲਾ ਗਾ ਨਾ ਇਹ ਸੂਟਰ ਨੂੰ ਦਿੱਤਾ ਜਾਣਾ ਜੀ ਜਿਹੜਾ ਡਿਫੈਂਸਰ ਜਾਂ ਨੈੱਟਮੈਨ ਨੂੰ ਦੇਣਾ ਉਹ ਥੋੜਾ ਜਿਹਾ ਛੋਟਾ ਇਹਦੇ ਨੂੰ ਹਨਾ ਉਮਰ ਚ 2-3 ਕੁ ਮਹੀਨਿਆਂ ਦਾ ਫਰਕ ਆ ਘੋੜਾ ਬਹੁਤ ਹੀ ਸ਼ਾਨਦਾਰ ਆ ਜਦੋਂ ਨਿਵਾ ਕੇ ਤਿਆਰ ਕਰਤਾ ਨਾ ਘੋੜਾ ਬਾਕੀ ਫੇਰ ਦੇਖਿਓ ਤੁਸੀਂ ਓਕੇ ਰਿਪੋਰਟ ਆ ਜਮਾ ਪੂਰੀ ਟੌਪ ਦਾ ਬਾਈ ਵਧੀਆ ਬਲੱਡ ਲਾਈਨ ਚੋਂ ਕਹਿਣ ਦਾ ਮਤਲਬ ਘੋੜਾ ਲੈ ਕੇ ਆਏ ਆ ਕਮੇਟੀ ਵਾਲੇ ਆਪਣੇ ਕੋਲੇ ਤਿੰਨ ਗਰਾਊਂਡ ਆ ਬਾਈ ਬਹੁਤ ਹੀ ਸੋਹਣੇ ਗਰਾਊਂਡ ਤਿਆਰ ਆ ਪਾਣੀ ਪੂਣੀ ਛੜਕ ਕੇ ਓਕੇ ਰਿਪੋਰਟ ਆ ਤਿੰਨ ਗਰਾਊਂਡ ਤਿੰਨਾਂ ਤੇ ਜੜੀਆਂ ਲਾਈਟਾਂ ਹੋਣਗੀਆਂ ਬਾਈ ਬਹੁਤ ਹੀ ਸ਼ਾਨਦਾਰ ਪ੍ਰਬੰਧ ਕਰਿਆ ਘਨੌਰ ਵਾਲਿਆਂ ਨੇ ਓਕੇ ਰਿਪੋਰਟ ਆ ਬਾਕੀ ਲੰਗਰ ਪਾਣੀ ਬਹੁਤ ਟੌਪ ਦਾ ਬਣੂ ਹੋਣਾ ਜੀ ਆਪਾਂ ਸੈਟਾਂ ਕਰਨੀ ਬਾਈ ਸੈਟ ਆਪਾਂ ਤੁਹਾਨੂੰ ਦੱਸ ਦਈਏ ਕਿਹੜੇ-ਕਿਹੜੇ ਬਣੇ ਆ ਜੀ। ਲਓ ਜੀ ਸੈਟਾਂ ਦੀ ਆਪਾਂ ਅਪਡੇਟ ਕਰ ਦਈਏ ਬਾਈ ਤੁਹਾਡੇ ਨਾਲ ਸਾਂਝੀ। ਕਰਿਓ ਜੀ। ਪਹਿਲਾ ਸੈਟ ਆਪਾਂ ਲਾਈਏ ਜੀ ਰੈਸਰ ਦਾ ਬਣੂਗਾ ਬਾਈ। ਜੌਂਟੀ ਬਈਵਾਲ ਨੇ ਖੇਡਣਾ ਰੈਸਰ 'ਚ। ਦੂਜਾ ਸੈਟ ਆਪਾਂ ਅਪਡੇਟ ਕਰੀਏ ਜੀ ਰੈਕੋਡ ਦਾ ਬਣੂਗਾ ਸਣੀ ਠੁੱਲੀ ਵਾਲ ਖੇਡੂ ਵੀਰੇ। ਤੀਜਾ ਸੈਟ ਆਪਾਂ ਗਿਣਾ ਦਈਏ ਖਨਾਲ ਦਾ ਬਣੂਗਾ ਸੱਤਾ ਸ਼ਵਾਜਪੁਰਿਆ ਖੇਡੂ ਜੀ। ਚੈਣੇ ਵਾਲ ਦਾ ਸੈਟ ਬਣੂਗਾ। ਸ਼ਰੇਸ਼ ਰਾਮਕੋਟ ਖੇਡੂ ਬਾਈ ਸੀਪੇ ਮੀਰਪੁਰ ਦਾ ਸੈੱਟ ਬਣੂਗਾ ਲੱਭੀ ਮਾਨ ਖੇਡਾ ਖੇਡੂ ਬਾਈ ਚੈੱਕ ਕਰ ਲਿਓ ਜੀ ਸੈੱਟ ਸਾਰੇ ਭਰਾ ਨੋਟ ਕਰ ਲਿਓ ਦੁਬਾਰਾ ਵੀਡੀਓ ਸੁਣ ਲਿਓ ਜਿਨ੍ਹਾਂ ਨੂੰ ਨਾ ਸਮਝ ਆਈ ਬਰੂ ਵਾਲੀ ਸਰਸਾ ਦਾ ਸੈੱਟ ਬਣਿਆ ਕਿੰਨੀ ਲਾਲਿਆਂ ਵਾਲੀ ਖੇਡੂ ਜੀ ਬੁਰਜ ਭਲਾਈ ਬਿੰਦੀ ਦਾ ਸੈੱਟ ਬਣਿਆ ਉਹਨਾਂ ਨਾਲ ਦੱਸਾਂਗੇ ਕਿਹੜਾ ਪਲੇਅਰ ਖੇਡੂ ਸਿਮਰੇ ਬੁਰਜ ਭਲਾਈ ਦਾ ਸੈੱਟ ਬਣਿਆ ਉਹਦਾ ਵੀ ਦੱਸਾਂਗੇ ਕਿਹੜਾ ਫਲੇਅਰ ਖੇਡੂ ਦੋ ਸੈੱਟ ਬਣਿਆ ਬੁਰਜ ਭਲਾਈ ਦੇ ਪੂਰੇ ਟੌਪ ਦੇ ਉਦੋਂ ਬਾਅਦ ਮੇਰੇ ਭਰਾ ਕਾਲੂਆਣੇ ਦਾ ਸੈੱਟ ਬਣਿਆ ਕਾਲੂਆਣੇ 'ਚ ਅਨਿਲ ਜੋਧਪੁਰਿਆ ਖੇਡੂਗਾਈ ਰਸਾਲੀਆ ਖੇੜਾ ਦਾ ਸੈੱਟ ਬਣਿਆ ਕੋਚ ਜੋਧਪੁਰਿਆ ਨੇ ਖੇਡਣਾ ਰਸਾਲੀਆ ਖੇੜੇ 'ਚ ਉਦੋਂ ਬਾਅਦ ਮੇਰੇ ਭਰਾ ਹੋਰ ਜਿਹੜੀ ਅਪਡੇਟ ਆਪਣੇ ਕੋਲੇ ਆਈ ਆ ਹੋਰ ਦਾ ਸੈੱਟ ਬਣਿਆ ਬਿਨੇਰਗਿਆਂ ਦਾ ਉਹਨਾਂ 'ਚ ਰਣਜੀਤ ਜਨੇਤਪੁਰੇ ਨੇ ਖੇਡਣਾ ਵੀਰੇ ਲਲੋਸੀ ਦਾ ਸੈੱਟ ਬਣੂਗਾ ਉਹਦੇ ਨਾਲ ਲੰਬੇ ਨੇ ਖੇਡਣਾ ਖੇੜੀ ਮਾਨ ਸਿੰਘ ਦਾ ਸੈੱਟ ਬਣੂਗਾ ਉਹ 'ਚ ਰਵੀ ਭਾਦਰਗੜ ਨੇ ਖੇਡਣਾ ਕਹਿਣ ਦਾ ਮਤਲਬ ਖੇੜੀ ਮਾਨ ਸਿੰਘ 'ਚ ਰਵੀ ਭਾਦਰਗੜ ਨੇ ਬਾਕੀ ਹੋਰ ਵੀ ਸੈੱਟ ਜਿਵੇਂ ਕਿ ਆਪਣੇ ਕੋਲੇ ਆਪਾਂ ਲਾ ਲਈਏ ਮਰਦਾ ਜਿਹੜੀ ਅੰਗਰੇਜ਼ ਦਾ ਸੈੱਟ ਬਣੂਗਾ ਲਾਡੀ ਬਈ ਵਾਲ ਖੇਡੂ ਬਈ ਉਦੋਂ ਬਾਅਦ ਦਸੌਂਦੀਆ ਦਾ ਸੈੱਟ ਬਣਿਆ ਰਿੰਕੂ ਮੱਲੇ ਵਾਲਾ ਖੇਡੂ ਬਈ ਨੰਦਗੜ ਦਾ ਸੈੱਟ ਬਣਿਆ ਨੰਦਗੜ ਚ ਮੇਰੇ ਹਿਸਾਬ ਨਾਲ ਛੋਟੂ ਮਾਜਰੇ ਦੀ ਅਪਡੇਟ ਦਿੱਤੀ ਆਪਾਂ ਨੂੰ ਕਮੇਟੀ ਨੇ ਵੀ ਛੋਟੂ ਮਾਜਰਾ ਖੇਡੂ ਬਾਕੀ ਇਹ 1-2% ਹੋ ਸਕਦਾ ਵੀ ਥੋੜੀ ਜਿਹੀ ਅਪਡੇਟ ਸਹੀ ਨਾ ਹੋਵੇ ਉਹ ਆਪਾਂ ਸਹੀ ਕਰ ਦਿਆਂਗੇ ਮਹਿਲ ਖੁਰਦ ਨਵਾਬ ਦਾ ਸੈੱਟ ਬਣੂ ਉਹ ਚ ਵੀ ਦੱਸਾਂ ਕਿਹੜਾ ਪਲੇਅਰ ਖੇਡੂ ਬਾਕੀ ਮੀਡੀਅਮ ਵਾਲੇ ਪਲੇਅਰ ਵੀ ਕਮੇਟੀ ਆਪਾਂ ਨੂੰ ਦੱਸ ਰ ਸ਼ਾਲੂ ਵਰਗੇ ਰਣਜੀਤ ਵਰਗੇ ਲੱਭੇ ਵਰਗੇ ਸੁੱਖੂ ਵਰਗੇ ਸਾਰੇ ਮੀਡੀਅਮ ਦੇ ਸਟਾਰ ਵੀ ਪਹੁੰਚਣਗੇ ਕਮੇਟੀ ਦੇ ਦੱਸਣ ਅਨੁਸਾਰ ਆਪਣੇ ਕੋਲੇ ਟੀਮਾਂ ਦੀ ਅਪਡੇਟ ਆ ਜੀ ਹੋਰ ਵੀ ਟੀਮਾਂ ਕਈ ਆ ਜਿਵੇਂ ਦੇਬਨ ਹਰਿਆਣਾ ਦੇ ਮੇਰੇ ਕੋਲ ਲਿਸਟ ਉਹਨਾਂ ਦੀ ਪਹੁੰਚੀ ਨਹੀਂ ਸੀ ਹਰਿਆਣੇ ਦੀਆਂ ਟੀਮਾਂ ਹੋਰ ਵੀ ਆ ਕਈ ਵੀਰੇ ਜਿਹੜੀਆਂ ਦੀ ਅਪਡੇਟ ਮੇਰੇ ਕੋਲ ਆਈ ਨਹੀਂ ਕਮੇਟੀ ਵੱਲੋਂ ਦੇਬਨ ਹਰਿਆਣਾ ਲਾ ਲੋ ਹੋਰ ਵੀ ਕਈ ਟੀਮਾਂ ਜਿਹੜੀਆਂ ਅਪਡੇਟ ਆਪਣੇ ਕੋਲੇ ਹਜੇ ਨਹੀਂ ਪਹੁੰਚੀ ਉਹਨਾਂ ਦੀ ਅਪਡੇਟ ਬਾਕੀ ਏਰੀਆ 'ਚ ਬਹੁਤ ਵਧੀਆ ਟੀਮਾਂ ਨੇ ਬਈ ਸਾਰੀਆਂ ਟੌਪ ਹੀ ਹੁੰਦੀਆਂ ਜਿਵੇਂ ਭੋਜਵਾਲੀ ਦਾ ਸੈੱਟ ਟੌਪ ਦਾ ਹਿੰਮਤਾਨੇ ਦਾ ਹੋਰ ਵੀ ਕਈ ਸੈਟ ਆ ਰਹੇ ਨੇ ਜਿਨ੍ਹਾਂ ਦੀ ਆਪਾਂ ਅਪਡੇਟ ਚੰਗਲੀ ਦਾ ਸੈਟ ਬਣਿਆ ਚੰਗਲੀ ਦੇ ਸੁਧੀਰ ਪੰਜਾਬਾ ਖੇਡੂ ਬਾਈ ਸੁਖੀ ਵਰਗਿਆਂ ਦਾ ਸੈਟ ਬਣਿਆ ਹੁਣ ਆਪਣੇ ਨਾਲ ਸੁਧੀਰ ਪੰਜਾਬੇ ਨੇ ਖੇਡਣਾ ਚੰਗਲੀ ਦੀ ਟੀਮ 'ਚ ਤੇ ਹੋਰ ਜਿਵੇਂ ਜਿਵੇਂ ਸੈਟ ਆਈ ਜਾਣਗੇ ਆਪਾਂ ਪਹਿਲਾਂ ਕਹਨੇ ਹੁੰਦੇ ਆ ਸਾਰੇ ਨਹੀਂ ਵੀਰੇ ਹਨਾ ਇਨਸਾਨ ਤੋਂ ਭੁੱਲ ਹੋਈ ਜਾਂਦੀਆਂ ਰਹਿ ਜਾਂਦੇ ਆ ਸੈਟ ਕਹਿੰਦਾ ਮਤਲਬ ਉਹ ਦੱਸਾਂਗੇ ਆਪਾਂ ਸ਼ਾਸਤਰੀ ਦੀ ਅਜੇ ਪੱਕੀ ਅਪਡੇਟ ਹੈ ਨਹੀਂ ਵੀਰੇ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਲੱਗਦਾ ਸ਼ੇਰੂ ਵਰਗੇ ਮੁਸ਼ਕਲ ਲੱਗਦਾ ਵੀਰੇ ਸਾਸ਼ਤਰੀ ਵਰਗੇ ਬਾਕੀ ਜੇ ਆਏ ਤਾਂ ਜ਼ਰੂਰ ਦੱਸ ਦੇਾਂਗੇ ਜੀ ਤੇ ਹਾਂ 50 50 ਚਾਂਸ ਆ ਜੇ ਕੋਈ ਆਏ ਤਾਂ ਦੱਸ ਦੇਾਂਗੇ ਕੋਈ ਪੱਕੀ ਅਪਡੇਟ ਹੈ ਨਹੀਂ ਬਾਈ ਹਨਾ ਕਿਉਂਕਿ ਇਹ ਆਪਾਂ ਨੂੰ ਸੈਟ ਥੋੜੀ ਜਿਹਾ ਆਪਾਂ ਪਹਿਲਾਂ ਵੀ ਕਹਣੇ ਆਂ ਕਿ 95% ਸਹੀ ਹੁੰਦੇ ਆ 1-2% ਜੇ ਕੋਈ 플레이ਰ ਨਾ ਆਇਆ ਉਹ ਆਪਾਂ ਦੱਸਾਂਗੇ ਜੀ ਹੋਰ ਬਹੁਤ ਟੌਪ ਦੇ ਸਾਰੇ ਬਾਕੀ 플레이ਰ ਖੱਬਾ ਖਨਾਲ ਵਰਗੇ ਸਾਰੇ ਸੱਤੇ ਵਰਗੇ ਜੌਂਟੀ ਵਰਗੇ ਜੱਸੇ ਵਰਗੇ ਰਣਜੀਤ ਵਰਗੇ ਨਵਾਬ ਵਰਗੇ ਤੇ ਅੰਕੇਤ ਪਥਰੇੜੀ ਦਾ ਵੀ ਦੱਸਾਂਗੇ ਵੀਰੇ ਉਹਦੀ ਵੀ ਅਜੇ 50 50 ਚਾਂਸ ਆ ਜੋਧਪੁਰਿਆ ਨਿੱਲ ਵੀ ਆਊਗਾ ਜੋਨਟੀ ਵੀ ਰਵੀ ਵਰਗੇ ਪਹਿਲਵਾਨ ਵਰਗੇ ਪਹਿਲਵਾਨ ਨੇ ਖੇਡਣਾ ਬਾਠਾਂ ਚ ਇੱਕ ਸੈੱਟ ਨੋਟ ਰੱਖਿਓ ਜੀ ਇਹ ਰਹਿ ਗਿਆ ਸੀ ਪਹਿਲਵਾਨ ਨੇ ਬਾਠਾਂ ਦੀ ਟੀਮ ਲਈ ਖੇਡਣਾ ਜੀ ਤੇ ਇਹ ਵੀ ਨੋਟ ਕਰਿਓ ਸੈੱਟ ਬਾਠਾਂ ਚ ਪਹਿਲਵਾਨ ਨੇ ਖੇਡਣਾ ਬਾਦਰਗਾੜਨਾ ਕੁਲਵੀਰ ਔਲਖ ਵੀ ਆਊਗਾ ਸ਼ਾਰਾਂ ਵਾਲਾ ਕਹਿੰਦਾ ਆਜੋ ਆਜੋ ਮਿਲਦੇ ਆਂ ਸ਼ਾਰਾਂ ਵਾਲਿਓ ਓਕੇ ਰਿਪੋਰਟ ਆ ਜੀ ਪ੍ਰਬੰਧ ਬਹੁਤ ਸ਼ਾਨਦਾਰ ਆ ਓਕੇ ਰਿਪੋਰਟ ਆ ਪ੍ਰਬੰਧਕੀ ਕਮੇਟੀ ਇਧਰੋਂ ਤਿਆਰ ਆ ਜੀ ਇੱਕ ਆਪਾਂ ਹੋਰ ਗੱਲ ਦੱਸਦੀ ਆ ਇਹ ਆਪਣਾ ਭਰਾ ਹੁਸ਼ਣ ਜੀ ਇਹਦੇ ਅੱਜ ਬਰਥਡੇ ਤੇ ਜਿਹੜਾ ਟੂਰਨਾਮੈਂਟ ਹੋਇਆ ਸੀ ਇਹਨੂੰ ਮੁਬਾਰਕਾਂ ਬਹੁਤ-ਬਹੁਤ ਜਨਮ ਦਿਨ ਦੀਆਂ ਬੀਬਈ ਅੱਜ ਬਰਥਡੇ ਆ ਭਰਾ ਦਾ ਇਹਦੇ ਅਨਾਉਂਸ ਹੋਈ ਸੀ ਤਾਂ ਕਰਕੇ ਇੱਧਰ ਆਪਣੀ ਸਾਰੀ ਪ੍ਰਬੰਧਕੀ ਕਮੇਟੀ ਖੜੀ ਆ ਜੀ ਕਾਕੇ ਵਰਗੇ ਜੋਰ ਵਰਗੇ ਕਿਹਦਾ ਨਾਮ ਲਈਏ ਸਾਰੇ ਆਪਣੇ ਭਰਾ ਹੀ ਆ ਪ੍ਰਬੰਧਕੀ ਕਮੇਟੀ ਓਕੇ ਰਿਪੋਰਟ ਆ ਆਜੋ ਹੁਸ਼ਣ ਨਾਲ ਆਜੋ ਮਾੜਾ ਟੀਮਾਂ ਨੂੰ ਕਹਿ ਦਿਓ ਬਾਈ ਮਾੜਾ ਖਿੱਚ ਕੇ ਤੇ ਆ ਜਾਣਾ ਨਾ ਬੜਾ ਠੀਕ ਆ ਮੈਂ ਹੀ ਬੋਲਦਾ ਬਾਈ ਟੀਮਾਂ ਨੂੰ ਰਿਕਵੈਸਟ ਆ ਬਈ ਜਲਦ ਆ ਜਾਣ ਟਾਈਮ ਨਾਲ ਕਮੇਟੀ ਤਿਆਰ ਬਰ ਤਿਆਰ ਆ ਗਰਾਊਂਡ ਬਹੁਤ ਸੋਹਣੇ ਤਿਆਰ ਆ ਆਜੋ ਕਰਾਂ ਬਈ ਜਲਦ ਬਾਕੀ ਹੋਰ ਵੀ ਤੁਹਾਨੂੰ ਪ੍ਰਬੰਧ ਦਿਖਾਵਾਂਗੇ ਕੋੜਾ ਬਹੁਤ ਸ਼ਾਨਦਾਰ ਆ ਬਈ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਆ ਉਧਰ ਆਪਣਾ ਲੰਗਰ ਪ੍ਰਸਾਦ ਦੇ ਪ੍ਰਬੰਧ ਹੋਣਗੇ ਜਿਹੜੇ ਕਿ ਪੂਰੇ ਸ਼ਾਨਦਾਰ ਹੋਣੇ ਆ ਬਈ ਦਿਖਾਵਾਂਗੇ ਜਦੋਂ ਵੀ ਲੰਗਰ ਵਗੈਰਾ ਚੱਲਿਆ ਫਿਰ ਦਿਖਾਵਾਂਗੇ ਆਪਾਂ ਕੀ ਹਿਸਾਬ ਕਿਤਾਬ ਆ ਗੰਗਾ ਦੀ ਟੀਮ ਦੱਸਾਂਗੇ ਵੀਰੇ ਜੱਸਾ ਆਊਗਾ ਜੀ ਬਿਲਕੁਲ ਆਊਗਾ ਬਾਈ ਲਓ ਜੀ ਇਹ ਸੀ ਆਪਣੀ ਅਪਡੇਟ ਵੀਰੇ ਟੀਮਾਂ ਦੀ ਹੋਰ ਵੀ ਜੇ ਕਿਸੇ ਦਾ ਸੈਟਅ ਰਹਿ ਗਿਆ ਗਣੇ ਉਹਨਾਂ ਤੋਂ ਤਾਂ ਉਹਨਾਂ ਲਈ ਆਪਾਂ ਮਾਫੀ ਚਾਹੁੰਦੇ ਆ ਜੀ ਹੋਰ ਜਿਵੇਂ ਜਿਵੇਂ ਸੈਟ ਆਈ ਜਾਣਗੇ ਉਵੇਂ ਦੱਸਦੇ ਰਵਾਂਗੇ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਜਦੋਂ ਵੀ ਮੈਚ ਲੈ ਹੋਵਾਂਗੇ ਲਾਈਵ ਧੰਨਵਾਦ ਜੀ